ਸੋ जी ਇਹ ਵੀ ਆ। ਮੈਂ ਇੱਕ ਰਿਪੋਰਟ ਇਹ ਵੀ ਪੜ੍ਹ ਰਿਹਾ ਰਮਨ ਜੀ ਵੀ, ਕਿਉਂਕਿ ਯੂਰਪ ਦੇ ਬਹੁਤ ਸਾਰੇ ਮੁਲਕਾਂ ਨੇ ਕੱਟ ਕਰਤਾ ਰਸ਼ੀਆ ਤੋਂ ਲਗਭਗ 90%, ਤੇ ਉਹ ਕਹਿੰਦੇ ਵੀ ਗੈਸ ਦੀ ਪ੍ਰਾਈਸ ਆਲ ਓਵਰ ਦੀ ਵਰਲਡ ਵੱਧ ਵੀ ਸਕਦੀ ਹੈਗੀ ਆ, ਖਾਸ ਕਰਕੇ ਅਮਰੀਕਾ 'ਚ ਵੀ। ਪਰ ਇੰਨਾ ਜ਼ਰੂਰ ਆ ਵੀ ਪਿਛਲੇ ਸਾਲ ਨਾਲੋਂ 70% ਪ੍ਰਾਈਸ ਕਹਿੰਦੇ ਵੀ ਅਪ ਹੈਗੀ ਆ ਡੀਜ਼ਲ ਦੀ। ਸੋ ਬਹੁਤ ਜ਼ਿਆਦਾ ਅਸਰ ਜਿਹੜਾ ਟਰਾਂਸਪੋਰਟੇਸ਼ਨ ਇੰਡਸਟਰੀ ਤੇ ਪੈ ਰਿਹਾ। ਜੀ ਬਿਲਕੁਲ ਜੀ, ਹੁਣ ਪਿਛਲੇ ਸਾਲ ਤਾਂ ਦੇਖੋ ਮਾਈਨਸ ਵੀ ਚਲਾ ਗਿਆ ਸੀਗਾ ਬੈਰਲ, ਤੇ ਹੁਣ 100 ਆ ਤੇ 100% ਤਾਂ ਵਧੀ ਗਈ ਨੇ ਫਿਰ ਜੇ ਉਸ ਹਿਸਾਬ ਦੇ ਨਾਲ ਦੇਖੀਏ ਆਪਾਂ। ਸੋ ਪਰ ਇਹ ਆ ਵੀ ਡੈਫੀਨੇਟਲੀ ਜਿਹੜੀਆਂ ਪ੍ਰਾਈਸਿਸ ਹੈਗੀਆਂ ਉਹ ਐਕਸਟਰਾ ਆਰਡੀਨਰੀ ਢੰਗ ਦੇ ਨਾਲ ਵਧੀਆ ਹੈਗੀਆਂ, ਡੀਜ਼ਲ ਦੀਆਂ ਪ੍ਰਾਈਸਿਸ, ਗੈਸ ਦੀਆਂ ਪ੍ਰਾਈਸਿਸ। ਹਾਲਾਂਕਿ ਪਰ ਬੈਰਲ ਥੱਲੇ ਆਉਣ ਤੋਂ ਬਾਅਦ ਵੀ ਜਿਹੜਾ ਨਹੀਂ ਥੱਲੇ ਆਇਆ ਹੈਗਾ। ਔਰ ਬਾਕੀ ਦੂਸਰੀ ਗੱਲ ਹੈਗੀ ਕਿ ਜਿਹੜੀ ਇੱਥੇ ਲੋਕਲ ਐਕਸਪਲੋਰੇਸ਼ਨ ਹੈਗੀ ਆ, ਲੋਕਲ ਜਿਹੜੀ ਉਹਨਾਂ ਦੀ ਤੇਲ ਦੀ ਸ਼ਮਤਾ ਹੈਗੀ ਉਹ ਵੀ ਘਟਾਈ ਹੈਗੀ ਆ ਪਿਛਲੇ ਸਾਲਾਂ 'ਚ। ਜਿਹੜੀ ਇੱਥੇ ਆਪਣੀ ਕਰਦੇ ਹੈਗੇ ਆ ਇਹਨੂੰ ਰਿਫਾਈਨ ਕਰਦੇ, ਉਹਦੀ ਵੀ ਕਪੈਸਿਟੀ ਘਟੀ ਹੈਗੀ ਆ। ਔਰ ਜਿਹੜਾ ਹੋਰ ਵੀ ਜਿਹੜਾ ਖਰਚਾ ਕੱਲ ਜਤਾਇਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜਿਹੜੇ ਟਰਨੇਡੋਸ ਹੈਗੇ ਆ ਜਾਂ ਕਾਫੀ ਜਿਹੜੇ ਹਰੀਕੇਨ ਹੈਗੇ ਆ ਉਹ ਆ ਸਕਦੇ, ਹਰੀਕੇਨ ਸੀਜ਼ਨ ਵੀ ਸ਼ੁਰੂ ਹੋ ਗਿਆ। ਸੋ ਉਹਦੇ ਨਾਲ ਹੀ ਜਿਹੜੀਆਂ ਇਹ ਰਿਫਾਈਨਰੀਜ਼ ਹੈਗੀਆਂ ਜਿੱਦਾਂ ਕਿ ਹਿਊਸਟਨ ਏਰੀਆ ਦੇ ਵਿੱਚ ਹੈਗੀਆਂ, ਸਾਰੇ ਆਪਣੇ ਉੱਧਰ ਹੈਗੀਆਂ ਲੁਈਜ਼ੀਆਨਾ ਵਗੈਰਾ ਵੱਲ, ਤੇ ਉਹਨਾਂ ਦੇ ਵੀ ਜਿਹੜਾ ਆ ਹਰੀਕੇਨ ਸੀਜ਼ਨ ਦੇ ਅਸਰ ਦੇ ਨਾਲ ਫਿਰ ਇਹ ਚੀਜ਼ਾਂ ਜਿਹੜੀਆਂ ਉਦੋਂ ਵੀ ਥੋੜ੍ਹੀਆਂ ਜਿਹੀਆਂ ਕਪੈਸਿਟੀ ਘੱਟ ਜਾਂਦੀ ਆ। ਸੋ ਹੋਪਫੁਲੀ ਜਿਹੜਾ ਆ ਇਹ ਜ਼ਿਆਦਾ ਨੁਕਸਾਨ ਜਾਂ ਜ਼ਿਆਦਾ ਪ੍ਰੋਬਲਮ ਨਾ ਖੜੀ ਹੋਵੇ, ਚੰਗੇ ਪਾਸੇ ਨੂੰ ਚੱਲਦਾ ਰਹੇ ਕੰਮ। ਜੀ ਬਿਲਕੁਲ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਹੈਗਾ ਆ। ਅਤੇ ਉੱਦਾਂ ਜੇ ਰਮਨ ਜੀ ਗੱਲ ਕਰਦੇ ਜਾਈਏ ਸਪੋਟ ਰੇਟਸ ਵਗੈਰਾ, ਉਹਨਾਂ ਦਾ ਕੀ ਜਿਹੜੇ ਹਾਲਾਤ ਇਸ ਟਾਈਮ ਚੱਲ ਰਹੇ ਨੇ? ਦੇਖੋ ਜੀ, ਜਿਹੜੇ ਸਪਾਟ ਰੇਟਸ ਹੈਗੇ ਆ ਉਹ ਕੰਸਿਸਟੈਂਟਲੀ ਲੋ ਚੱਲ ਰਹੇ ਹੈਗੇ ਆ ਇਸ ਵੇਲੇ। ਅਜੇ ਵੀ ਜਿਹੜਾ ਪਿਛਲਾ ਹਫ਼ਤਾ ਜਦੋਂ ਆਪਾਂ ਪਿਛਲੇ ਹਫ਼ਤੇ ਗੱਲ ਕੀਤੀ ਸੀਗੀ, ਤੇ ਉਸ ਤੋਂ ਲੈ ਕੇ ਅੱਜ ਤੱਕ ਜਿਹੜੇ ਸਪਾਟ ਰੇਟਸ ਹੈਗੇ ਆ ਪ੍ਰੀਟੀ ਮੱਚ ਕੰਸਿਸਟੈਂਟਲੀ ਲੋ ਚੱਲ ਰਹੇ ਹੈਗੇ ਆ। ਟਰੱਕ ਦੀ ਕਪੈਸਿਟੀ ਜ਼ਿਆਦਾ ਹੈਗੀ ਆ, ਰੇਟ ਘੱਟ ਹੈਗਾ ਆ ਇਸ ਵੇਲੇ। ਜਿਹੜਾ ਵਾਲਮਾਰਟ ਹੈਗਾ ਆ, ਟਾਰਗੇਟ ਹੈਗਾ ਆ, ਇਹਨਾਂ ਦੇ ਕੋਲ ਇਸ ਵੇਲੇ ਐਕਸਟਰਾ 45 ਬਿਲੀਅਨ ਡਾਲਰ ਦਾ ਸਟੱਫ ਪਿਆ ਆ ਵੇਅਰ ਹਾਊਸਿਸ ਦੇ ਵਿੱਚ। ਪ੍ਰੀਟੀ ਮੱਚ ਸਾਰੇ ਸਟੋਰਾਂ ਦੇ ਕੋਲ ਜਿਹੜਾ ਇਹ ਸਮਾਨ ਇਸ ਵੇਲੇ ਪਿਆ ਹੋਇਆ। ਸੋ ਜਿਹੜੀ ਇਸ ਵੇਲੇ 45 ਬਿਲੀਅਨ ਡਾਲਰ ਦੀ ਐਕਸਟਰਾ ਇਨਵੈਂਟੋਰੀ ਜਿਹੜੀ ਇਕੱਠੀ ਹੋਈ ਹੋਈ ਆ, ਉਹ ਵੀ ਬੜੇ ਇਸ ਵੇਲੇ ਮਤਲਬ ਕਿ ਦੌਰ ਦੇ ਵਿੱਚੋਂ ਨਿਕਲ ਰਿਹਾ ਕਿ ਜਿਹੜੀ ਪ੍ਰੀਟੀ ਮੱਚ ਪ੍ਰੋਬਲਮ ਖੜੀ ਉਹਨਾਂ ਦੇ ਲਈ ਵੀ। ਜਿਹੜੇ ਇਹ ਸਟੋਰ ਹੈਗੇ ਆਲਮੋਸਟ ਲਾਈਕ 26% ਪਿਛਲੇ ਸਾਲ ਨਾਲੋਂ ਵੱਧ ਜਿਹੜੀ ਇਨਵੈਂਟੋਰੀ ਹੈਗੀ ਆ। ਇੱਕ ਪਾਸੇ ਇਸ ਗੱਲ ਨੂੰ ਥੋੜ੍ਹਾ ਜਿਹਾ ਪੋਜ਼ਿਟਿਵ ਵੀ ਲਿਆ ਜਾ ਰਿਹਾ ਹੈ ਕਿ ਜਿਹੜੀ ਇਸ ਵੇਲੇ ਚਾਈਨਾ ਦੇ ਵਿੱਚ ਜਾਂ ਬਾਹਰਲੇ ਕੰਟਰੀਆਂ ਦੇ ਵਿੱਚੋਂ ਜਿਹੜੀ ਸਮਾਨ ਦੀ ਘਾਟ ਹੈਗੀ ਆਉਣ ਦੀ, ਕਿਉਂਕਿ ਉੱਧਰ ਲੋਕਡਾਊਨ ਹੈਗਾ ਜਾਂ ਚੱਲ ਰਿਹਾ ਹੈਗਾ ਇਸ ਕਰਕੇ। ਸੋ ਇਹ ਜਿਹੜੀ ਇਨਵੈਂਟੋਰੀ ਇਕੱਠੀ ਕੀਤੀ ਆ, ਹੋ ਸਕਦਾ ਹੈ ਕਿ ਇਸ ਸਮਰ ਦੇ ਵਿੱਚ ਜਿਹੜਾ ਨੋਰਮਲ ਤੌਰ 'ਤੇ ਇਹ ਪਿਛਲੇ ਸਾਲ ਹੋਇਆ ਸੀਗਾ ਕਿ ਜਿਹੜੀ ਘਾਟ ਹੋ ਗਈ ਸੀਗੀ ਇਨਵੈਂਟੋਰੀ ਦੀ, ਉਹ ਸ਼ਾਇਦ ਹੋ ਸਕਦਾ ਇਸ ਸਾਲ ਨਾ ਹੋਵੇ, ਕਿਉਂਕਿ ਆਲਰੇਡੀ ਓਵਰ ਕਪੈਸਿਟੀ 'ਤੇ ਚੱਲ ਰਹੇ ਹੈਗੇ, ਸਾਰੇ ਵੇਅਰ ਹਾਊਸਿਸ ਫੁੱਲ ਹੈਗੇ ਆ। ਸੋ ਹੋ ਸਕਦਾ ਕਿ ਇਸ ਗਰਮੀਆਂ ਦੇ ਵਿੱਚ ਜਿਹੜੀ ਜਿਹੜਾ ਸੀਜ਼ਨ ਹੈਗਾ ਆ, ਬਾਇੰਗ ਸੀਜ਼ਨ ਹੈਗਾ ਆ, ਉਹਦੇ ਵਿੱਚ ਇਹ ਜਿਹੜੀ ਸ਼ੋਰਟੇਜ ਪਿਛਲੇ 2 ਸਾਲਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੀ ਉਹ ਸ਼ਾਇਦ ਇਸ ਸਾਲ ਦੇਖਣ ਨੂੰ ਨਹੀਂ ਮਿਲੂਗੀ, ਕਿਉਂਕਿ ਆਲਰੇਡੀ ਓਵਰ ਸਟਾਕਿੰਗ ਹੋ ਚੁੱਕੀ ਆ ਬਹੁਤ ਜ਼ਿਆਦਾ।